ਅਤੇ ਉਹ ਕਹਿੰਦੇ ਤੂੰ ਬਾਹਲਾ ਹਮਦਰਦ ਬਣਦਾ ਗਾ, ਅਤੇ ਕਹਿੰਦੇ ਪਹਿਲਾਂ ਇਹਨੂੰ ਹੀ ਫੜੋ। ਦੋ ਮੁੰਡਿਆਂ ਨੇ ਫੜ ਕੇ ਅਤੇ ਉਹਦੇ ਇੱਕ ਨੇ ਪੈਟਰੋਲ ਪਾ ਤਾ ਅਤੇ ਉਹ ਭੱਜਣ ਲੱਗਿਆ, ਅਤੇ ਦੂਜੇ ਨੇ ਉਹਦੇ ਉੱਤੇ ਸੀਕ ਸਹਿਤੀ। ਉਹ ਜੇ ਕੋਈ ਨਹੀਂ ਹੋਈ ਲਾਡੀ ਨਾਮ ਦਾ ਤਾਂ ਫੜਿਆ ਹੀ ਨਹੀਂ ਗਿਆ ਮੁੰਡਾ। ਅਸੀਂ ਇਹੀ ਹਿਸਾਬ ਮੰਗਦੇ ਹਾਂ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਭੈਣੇ ਹੁਣ ਉਹਦਾ ਇਲਾਜ ਕਿਵੇਂ ਚੱਲ ਰਿਹਾ, ਉਹਦਾ ਇਲਾਜ ਦਾ ਖਰਚਾ ਕਿੱਥੋਂ ਕਰ ਰਹੇ ਹੋ ਤੁਸੀਂ? ਅਸੀਂ ਕਿਰਾਈ ਕਰਕੇ ਹਿਸਾਬ ਦਾ ਜੀ। ਉਹ ਬੰਦਾ ਗ੍ਰਿਫਤਾਰ ਹੋਊਗਾ ਤਾਂ ਫੇਰ ਹੀ ਹੈ, ਜੇ ਫੜਿਆ ਜਾਊਗਾ ਤਾਂ ਫੇਰ ਗਾਹ ਕੋਈ ਘੱਲਣਗੇ ਕਿਸੇ। ਹਾਂ ਹੁਣ ਇਹ ਘਰ ਦਿੱਤਾ ਜਿਵੇਂ ਉਹਦੀ ਅੱਗ ਪਾਈ ਹੈ ਵੀ ਉਵੇਂ ਪਈ ਹੈ। ਪੰਜਾਬ ਦੇ ਵਿੱਚ ਨਸ਼ੇੜੀਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਦੁਆਰਾ ਮੋਗਾ ਦੇ ਇੱਕ ਪਿੰਡ ਸਮਾਧ ਦੇ ਵਿੱਚ ਪਿੰਡ ਦੇ ਹੀ ਇੱਕ ਨੌਜਵਾਨ ਦੇ ਉੱਤੇ ਪੈਟਰੋਲ ਪਾ ਕੇ ਉਸਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਕਿ ਕਾਫੀ ਮਾਤਰਾ ਦੇ ਵਿੱਚ ਉਸ ਨੌਜਵਾਨ ਦਾ ਜਿਹੜਾ ਸਰੀਰ ਹੈ ਉਹ ਜਲ ਚੁੱਕਿਆ। ਪਹਿਲਾਂ ਅਸੀਂ ਬਹੁਤ ਸਾਰੀਆਂ ਘਟਨਾਵਾਂ ਸੁਣੀਆਂ ਜਿਨ੍ਹਾਂ ਦੇ ਵਿੱਚ ਇਹ ਤਾਂ ਕਹਿੰਦੇ ਸੀਗੇ ਕਿ ਕਿਸੇ ਨਸ਼ੇੜੀ ਨੇ ਕਿਸੇ ਦਾ ਮੋਟਰਸਾਈਕਲ ਚੋਰੀ ਕਰ ਲਿਆ, ਕਿਸੇ ਦੀ ਚੈਨ ਚੋਰੀ ਕਰ ਲਈ, ਪਰ ਇਹ ਤਾਂ ਹੱਦ ਹੀ ਲਾ ਦਿੱਤੇ ਇਹਨਾਂ ਨਸ਼ੇੜੀਆਂ ਨੇ। ਦੂਜੇ ਪਾਸੇ ਸਰਕਾਰ ਦੇ ਉਹ ਦਾਅਵੇ ਜਿਨ੍ਹਾਂ ਦੇ ਵਿੱਚ ਸਰਕਾਰ ਇਹ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਵੱਡੇ ਵੱਡੇ ਐਕਸ਼ਨ ਲੈ ਰਹੇ ਹਾਂ ਅਤੇ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਨਸ਼ੇੜੀ ਨੇ ਉਹ ਫੜੇ ਜਾ ਰਹੇ ਨੇ, ਪਰ ਦੂਜੇ ਪਾਸੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਤਾਂ ਅੱਜ ਅਸੀਂ ਸਮਾਧ ਪਿੰਡ ਦੇ ਵਿੱਚ ਮੌਜੂਦ ਹਾਂ, ਤੁਹਾਨੂੰ ਘਰ ਦੀਆਂ ਤਸਵੀਰਾਂ ਵੀ ਵਾਅਦੇ ਵਿੱਚ ਦਿਖਾਵਾਂਗੇ। ਦੋ ਕਮਰੇ ਨੇ ਨੌਜਵਾਨ ਦੇ ਅਤੇ ਦੋਵਾਂ ਦੀਆਂ ਛੱਤਾਂ ਜਿਹੜੀਆਂ ਢਹਿਣ ਵਾਲੀਆਂ ਨੇ। ਸਿਰ ਦੇ ਉੱਤੇ ਬਾਪ ਦਾ ਸਾਇਆ ਨਹੀਂ, ਤਿੰਨ ਭੈਣਾਂ ਨੇ ਅਤੇ ਇਕੱਲੀ ਮਾਂ ਜਿਹੜੀ ਕਮਾਉਂਦੀ ਸੀਗੀ ਉਸ ਘਰ ਦਾ ਗੁਜ਼ਾਰਾ ਚਲਾਉਂਦੀ ਸੀਗੀ। ਉਹ ਨੌਜਵਾਨ ਵੀ ਅੱਜ ਹਸਪਤਾਲ ਦੇ ਵਿੱਚ ਬੜੀ ਹੀ ਤਰਸਯੋਗ ਹਾਲਤ ਦੇ ਵਿੱਚ ਪਿਆ। ਤਾਂ ਅੱਜ ਅਸੀਂ ਉਸ ਨੌਜਵਾਨ ਦੇ ਘਰ ਪਹੁੰਚੇ ਹਾਂ, ਸਾਡੇ ਨਾਲ ਬਾਈ ਵੀ ਮੌਜੂਦ ਹੈ। ਬਾਈ ਕੀ ਗੱਲਬਾਤ ਹੋਈ, ਤੁਹਾਡਾ ਕੀ ਲੱਗਦਾ ਉਹ ਨੌਜਵਾਨ ਜਿਸ ਦੇ ਉੱਤੇ ਪੈਟਰੋਲ ਪਾਇਆ ਗਿਆ? ਮੇਰਾ ਬ੍ਰਦਰ ਆ ਜੀ, ਮੇਰੇ ਚਾਚੇ ਦਾ ਮੁੰਡਾ ਹੈਗਾ ਉਹ। ਠੀਕ ਹੈ ਬਾਈ, ਕੀ ਗੱਲਬਾਤ ਹੋਈ? ਉਹ ਕੰਮ ਤੋਂ ਆਇਆ ਸੀਗਾ ਜੀ, ਉਹ ਲੱਕੜ ਦਾ ਕੰਮ ਕਰਦਾ ਗਾ ਅਤੇ ਹੁਣ ਕੰਮ ਨਹੀਂ ਚੱਲਦਾ ਕਰਕੇ ਹੁਣ ਉਹ ਮਾਰਬਲ ਦਾ ਕੰਮ 'ਤੇ ਲੱਗਿਆ ਵਾ ਗਾ। ਅਤੇ ਉਹ ਸ਼ਾਮਾਂ ਨੂੰ ਜਦੋਂ ਆਏ ਅਤੇ ਫਿਰ ਉਹ ਉਹਨਾਂ ਨੇ ਦੁੱਧ ਲੈਣ ਜਾਣਾ ਸੀਗਾ, ਅਤੇ ਜਦੋਂ ਦੁੱਧ ਲੈਣ ਜਾਂਦੇ ਸੀਗੇ ਅਤੇ ਉੱਧਰੋਂ ਆਉਂਦੇ ਹੋਏ ਮੁੰਡੇ ਦਾ ਫੋਨ ਆਇਆ ਸੀ, ਲਿਆਜੀ ਆ ਉਹਦਾ, ਅਤੇ ਉਹ ਕਹਿੰਦਾ ਵੀ ਤੂੰ ਆ ਜਾ ਇੱਥੇ। ਪਹਿਲਾਂ ਇਹਨੇ ਫੋਨ ਲਾਇਆ ਸੀਗਾ ਉਹਨੂੰ ਵੀ ਕਹਿੰਦਾ ਵੀ ਕਿੱਥੇ ਆਗਾ, ਇਹ ਕਹਿੰਦਾ ਵੀ ਮੈਂ, ਉਹ ਕਹਿੰਦਾ ਮੈਂ ਬਾਹਰ ਆਗਾ ਵੀ ਮੈਂ ਪਿੰਡਾ ਪਿੰਡ ਆ ਕੇ ਫੋਨ ਲਾਊਂਗਾ। ਅਤੇ ਉਹਨੇ ਪਿੰਡ ਆ ਕੇ ਫੋਨ ਲਾਇਆ ਅਤੇ ਇਹ ਉੱਥੇ ਜਾ ਵੜੇ, ਉਹ ਪਹਿਲਾਂ ਹੀ ਉੱਥੇ ਬੈਠਾ ਸੀਗਾ ਹਾਤੇ 'ਤੇ ਉਹ ਮੁੰਡਾ, ਅਤੇ ਉਹਨੂੰ ਇਹਨੂੰ ਕਹਿੰਦਾ ਵੀ ਉੱਥੇ ਆ ਜਾ, ਇਹ ਜਾ ਵੜਿਆ ਉੱਥੇ। ਉਹ ਚਾਰ ਮੁੰਡੇ ਅੱਡ ਬੈਠੇ, ਇਹ ਦੋ ਅੱਡ ਬੈਠੇ, ਉਹਨੂੰ ਹਲੇ 5 ਮਿੰਟ ਵੀ ਨਹੀਂ ਹੋਏ ਸੀਗੇ ਉੱਥੇ ਗਏ ਨੂੰ। ਅਤੇ ਉਹਨਾਂ ਨੇ ਉਹ ਕਿਸੇ ਪੈਟਰੋਲ ਪਾਉਣ ਦੀ ਗੱਲ ਕਰ ਰਹੇ ਸੀਗੇ, ਇਹ ਕਹਿੰਦਾ ਵੀ ਤੁਸੀਂ ਕਿਉਂ ਉਹਨਾਂ ਕੋਲ ਜਾ ਕੇ, ਕਹਿੰਦਾ ਕਿਉਂ ਤੁਸੀਂ ਉਹ ਕਿਸੇ ਜ਼ਿੰਦਗੀ ਖਰਾਬ ਕਰਨੀ ਹੈਗੀ ਅਤੇ ਵੀ ਤੁਸੀਂ ਨਾ ਪੈਟਰੋਲ ਪਾਓ। ਅਤੇ ਉਹ ਕਹਿੰਦੇ ਤੂੰ ਬਾਹਲਾ ਹਮਦਰਦ ਬਣਦਾ ਗਾ, ਅਤੇ ਕਹਿੰਦੇ ਪਹਿਲਾਂ ਇਹਨੂੰ ਹੀ ਫੜੋ। ਦੋ ਮੁੰਡਿਆਂ ਨੇ ਫੜ ਕੇ ਅਤੇ ਉਹਦੇ ਇੱਕ ਨੇ ਪੈਟਰੋਲ ਪਾ ਤਾ ਅਤੇ ਉਹ ਭੱਜਣ ਲੱਗਿਆ, ਅਤੇ ਦੂਜੇ ਨੇ ਉਹਦੇ ਉੱਤੇ ਸੀਕ ਸਹਿਤੀ। ਬਾਈ ਜਿਹੜੇ ਮੁੰਡਿਆਂ ਨੇ ਇਹ ਸਾਰੀ ਗੱਲਬਾਤ ਕੀਤੀ ਆ ਉਹਦੇ ਉੱਤੇ ਪੈਟਰੋਲ ਪਾਇਆ ਗਿਆ, ਉਹ ਇਸੇ ਪਿੰਡ ਦੇ ਮੁੰਡੇ ਨੇ? ਹਾਂਜੀ, ਇਸੇ ਪਿੰਡ ਦੇ ਮੁੰਡੇ ਆ ਜੀ, ਚਾਰ ਦੇ ਚਾਰੋ ਇਸੇ ਪਿੰਡ ਦੇ ਨੇ, ਚਾਰ ਹੀ ਪਿੰਡ ਦੇ ਆ। ਅਤੇ ਤੁਹਾਡੇ ਭਰਾ ਨੂੰ ਪਹਿਲਾਂ ਉਹ ਜਾਣਦੇ ਸੀਗੇ ਜਾਂ ਪਹਿਲੀ ਵਾਰ ਉੱਥੇ ਗਿਆ ਸੀਗਾ ਉਹਨਾਂ ਨੂੰ ਮਿਲਿਆ ਸੀਗਾ? ਪਹਿਲਾਂ ਵੀ ਜਾਣਦੇ ਆ ਜੀ, ਉਹ ਮਾੜਾ ਮੋਟਾ ਹੈਲੋ ਹਾਈ ਹੈਗੀ, ਬਾਹਲਾ ਹੈਣੀ ਸੀਗੇ ਰਿਲੇਸ਼ਨ ਉਹਨਾਂ ਦੇ ਵੀ ਮਾੜਾ ਮੋਟਾ ਹੀ ਸੀਗਾ ਉਹਨਾਂ ਨਾਲ, ਵੀ ਊਂ ਮਤਲਬ ਜਾਣਦੇ ਸੀਗੇ, ਬਾਹਲਾ ਨਹੀਂ ਸੀਗਾ ਉਹਨਾਂ ਦਾ। ਇਹ ਵੀ ਲੱਗਦਾ ਹੈ ਕਿ ਪਹਿਲਾਂ ਕੋਈ ਲੜਾਈ ਝਗੜਾ ਉਹਨਾਂ ਨੌਜਵਾਨਾਂ ਦੇ ਨਾਲ ਜਿਨ੍ਹਾਂ ਦੁਆਰਾ ਅਜਿਹਾ ਕੀਤਾ ਗਿਆ, ਪਹਿਲਾਂ ਕਦੇ ਕੋਈ ਗੱਲਬਾਤ ਹੋਈ ਹੋਵੇ, ਤੂੰ ਮੈਂ ਹੋਈ ਹੋਵੇ ਕਿ ਉਸਦਾ ਬਦਲਾ ਉਹਨਾਂ ਨੇ ਜਿਵੇਂ ਜਿੱਦ ਕੱਢ ਲੈਣਾ? ਨਹੀਂ, ਇਹ ਤਾਂ ਕੋਈ ਗੱਲਬਾਤ ਨਹੀਂ ਹੋਈ। ਬਾਕੀ ਉਹਨਾਂ ਸਾਰੇ ਪਿੰਡ 'ਚੋਂ ਪਤਾ ਕਰ ਲਓ, ਹੱਸਣ ਖੇਡਣ ਦਾ ਸੁਭਾਅ ਸੀਗਾ ਜੀ, ਇੱਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੀਗੀ। ਮੁੰਡੇ ਦੇ ਪਰਿਵਾਰ 'ਚ ਕੌਣ ਕੌਣ ਹੈ ਬਾਈ? 3 ਕੁੜੀਆਂ ਜੀ ਅਤੇ 1 ਮਾਤਾ ਗੀ, ਪਿਓ ਦੀ ਡੈਥ ਹੋਈ ਵੀ ਆ।
ਨੌਜਵਾਨ ਦੇ ਪਰਿਵਾਰ ਦੇ ਵਿੱਚ ਤਿੰਨ ਭੈਣਾਂ ਨੇ, ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ, ਇੱਕ ਮਾਂ ਜਿਹੜੀ ਕਿ ਘਰਾਂ ਦੇ ਵਿੱਚ ਜਾ ਕੇ ਕਿਰਤ ਕਮਾਈ ਕਰਦੀ ਹੈ, ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ, ਅਤੇ ਉਸੇ ਪਰਿਵਾਰ ਦਾ ਇੱਕ ਇਕੱਲਾ ਜੀ ਨੌਜਵਾਨ ਜਿਸ ਦੇ ਉੱਤੇ ਪੈਟਰੋਲ ਪਾ ਦਿੱਤਾ ਗਿਆ, ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਬਾਈ ਦੇ ਦੱਸਣ ਮੁਤਾਬਿਕ ਨੌਜਵਾਨ ਦੀ ਗਲਤੀ ਸਿਰਫ ਇੰਨੀ ਕੁ ਸੀ ਕਿ ਉਹਨੇ ਇਹ ਕਿਹਾ ਕਿ ਤੁਸੀਂ ਕਿਉਂ ਕਿਸੇ ਦੇ ਉੱਤੇ ਪੈਟਰੋਲ ਪਾਉਣ ਦੀਆਂ ਗੱਲਾਂ ਕਰਦੇ ਹੋ, ਤੁਸੀਂ ਕਿਉਂ ਜੋ ਨਸ਼ਾ ਕਰਦੇ ਹੋ ਜਾਂ ਨਸ਼ੇ ਦੇ ਵਿੱਚ ਕੀ ਰੱਖਿਆ, ਤੁਸੀਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੋ। ਸਿਰਫ ਇੰਨੀ ਕੁ ਗੱਲ ਨੂੰ ਲੈ ਕੇ ਉਸ ਨੌਜਵਾਨ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਗਿਆ। ਉਸ ਨੌਜਵਾਨ ਦੀ ਭੈਣ ਵੀ ਸਾਡੇ ਨਾਲ ਮੌਜੂਦ ਹੈ। ਭੈਣੇ, ਇਹ ਜਿਹੜੀ ਸਾਰੀ ਗੱਲਬਾਤ ਹੋਈ ਹੈ, ਹੁਣ ਕਿੱਥੇ ਪਹੁੰਚੀ ਹਸਪਤਾਲ ਦੇ ਵਿੱਚ, ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੋਊਗੀ, ਕੀ ਗੱਲਬਾਤ ਹੋਈ ਹੈ? ਹਜੇ ਤਾਂ ਕੋਈ ਨਹੀਂ ਹੋਈ, ਤਿੰਨ ਉਹ ਜਾਣੇ ਫੜ ਲਏ ਜਿਨ੍ਹਾਂ ਨੇ ਪੈਟਰੋਲ ਪਾਇਆ ਸੀਗਾ, ਅਤੇ ਲਾਡੀ ਨਾਮਦਾਰ ਮੁੰਡਾ ਨਹੀਂ ਫੜਿਆ ਗਿਆ ਹਜੇ। ਭੈਣੇ, ਬਾਪੂ ਦੀ ਡੈਥ ਹੋਈ ਹੈ, ਕਿੰਨਾ ਕੁ ਟਾਈਮ ਹੋ ਗਿਆ? ਉਹਨੂੰ 4 ਸਾਲ ਹੋ ਗਏ। ਅਤੇ ਉਸ ਤੋਂ ਬਾਅਦ ਘਰ ਦਾ ਖਰਚਾ ਤੁਹਾਡਾ ਭਰਾ ਅਤੇ ਮੰਮੀ ਚੱਕ ਰਹੇ ਸੀਗੇ? ਹਾਂਜੀ। ਅਤੇ ਤੁਹਾਡੀ ਮੈਰਿਜ ਹੋ ਚੁੱਕੀ ਹੈ, ਤੁਹਾਡੀਆਂ ਦੋ ਭੈਣਾਂ ਦਾ ਵੀ ਵਿਆਹ ਹੋ ਚੁੱਕਿਆ? ਹਾਂਜੀ ਹਾਂਜੀ। ਅਤੇ ਹੁਣ ਨੌਜਵਾਨ ਦਾ ਕਿੰਨਾ ਕੁ ਸਰੀਰ ਹੈ ਜਿਹੜਾ ਉਹ ਨੁਕਸਾਨਿਆ ਗਿਆ? ਸਾਰਾ ਹੀ ਸਰੀਰ ਨੁਕਸਾਨਿਆ ਗਿਆ ਜੀ, ਬਾਹਾਂ ਵੀ, ਫੇਸ ਵੀ, ਆਹ ਪੱਟ ਵੀ। ਹਾਂਜੀ। ਪਿੰਡ ਵਾਲਿਆਂ ਦੇ ਨਾਲ ਕੋਈ ਗੱਲਬਾਤ ਹੋਈ? ਪਿੰਡ ਦੀ ਪੰਚਾਇਤ ਹੁੰਦੀ ਹੈ, ਪਿੰਡ ਦੇ ਲੋਕ ਇਕੱਠੇ ਹੋਏ, ਉਸ ਪਰਿਵਾਰ ਉਸ ਉਹਨਾਂ ਮੁੰਡਿਆਂ ਦੇ ਖਿਲਾਫ਼ ਕੋਈ ਕਾਰਵਾਈ ਹੋਈ ਕਿਸੇ ਤਰ੍ਹਾਂ ਦੀ? ਹਜੇ ਤਾਂ ਕੋਈ ਨਹੀਂ ਹੋਈ, ਹਜੇ ਕੋਈ ਨਹੀਂ ਹੋਈ। ਲਾਡੀ ਨਾਮ ਦਾ ਤਾਂ ਫੜਿਆ ਹੀ ਨਹੀਂ ਗਿਆ ਮੁੰਡਾ। ਅਸੀਂ ਇਹ ਹਿਸਾਬ ਮੰਗਦੇ ਹਾਂ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਭੈਣੇ, ਹੁਣ ਉਹਦਾ ਇਲਾਜ ਕਿਵੇਂ ਚੱਲ ਰਿਹਾ? ਉਹਦਾ ਇਲਾਜ ਦਾ ਖਰਚਾ ਕਿੱਥੋਂ ਕਰ ਰਹੇ ਹੋ ਤੁਸੀਂ? ਅਸੀਂ ਕਿਰਾਈ ਕਰਕੇ। ਕਿਰਾਈ ਕਰਕੇ? ਹਾਂਜੀ। ਕਿੱਥੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ? ਫਰੀਦਕੋਟ। ਫਰੀਦਕੋਟ? ਹਾਂਜੀ। ਠੀਕ ਹੈ। ਅਤੇ ਪਿੰਡ ਦੇ ਵਿੱਚੋਂ ਗ੍ਰਾਹੀ ਕਰਕੇ ਜਿਹੜਾ ਨੌਜਵਾਨ ਦਾ ਇਲਾਜ ਕਰਾਇਆ ਜਾ ਰਿਹਾ ਹੈ, ਘਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ, ਪਰ ਇੱਕ ਬੜੀ ਹੀ ਹੈਰਾਨ ਕਰ ਦੇਣ ਵਾਲੀ ਤਸਵੀਰ, ਉਸ ਨੌਜਵਾਨ ਨੇ ਆਪਣੇ ਘਰ ਦੇ ਵਿੱਚ ਇੱਟਾਂ ਲਿਆ ਕੇ ਰੱਖੀਆਂ ਹੋਈਆਂ ਸੀ। ਉਸ ਨੌਜਵਾਨ ਦਾ ਸੁਪਨਾ ਹੋਵੇਗਾ ਕਿ ਜਦੋਂ ਵੀ ਮੇਰੇ ਕੋਲ 4 ਪੈਸੇ ਇਕੱਠੇ ਹੁੰਦੇ ਨੇ, ਮੈਂ ਆਪਣੇ ਘਰ ਦਾ ਕਮਰਾ ਜਿਹੜਾ ਉਹ ਪੱਕਾ ਬਣਾ ਲਵਾਂਗਾ। ਪਰ ਉਸ ਤੋਂ ਪਹਿਲਾਂ ਹੀ ਉਸ ਨੌਜਵਾਨ ਦੇ ਨਾਲ ਜਿਹੜੀ ਇਹ ਘਟਨਾ ਵਾਪਰ ਜਾਂਦੀ ਹੈ। ਤਾਂ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ। ਬਜ਼ੁਰਗੋ, ਕਿੰਨਾ ਕੁ ਨਸ਼ਾ ਹੈ ਇਸ ਪਿੰਡ ਦੇ ਵਿੱਚ, ਹੋਰ ਕਿੰਨੇ ਕਿਲੋ, ਕਿੰਨੀਆਂ ਪਹਿਲਾਂ ਵੀ ਇੱਦਾਂ ਦੀ ਘਟਨਾਵਾਂ ਕਦੇ ਹੋਈਆਂ ਨੇ? ਨਸ਼ਾ ਜੀ ਬਹੁਤ ਜ਼ਿਆਦਾ, ਨਸ਼ਾ ਤਾਂ ਆਮ ਹੀ ਵੇਚਦੇ ਸਮਾਂ ਦੇ ਵਿੱਚ, ਕੋਈ ਹੱਦ ਹੀ ਟੱਪ ਗਈ ਇੱਥੋਂ। ਪਹਿਲਾਂ ਵੀ ਜਿਹੜੇ ਉਹਨਾਂ ਨੇ ਜਿਵੇਂ ਆਹ ਵਾਰਦਾਤ ਕਰੀ ਹੈ ਨੌਜਵਾਨ ਦੇ ਨਾਲ, ਉਹਦੇ ਉੱਤੇ ਪੈਟਰੋਲ ਪਾਇਆ, ਇਹ ਤਾਂ ਪਹਿਲਾਂ ਵੀ ਉਹਨਾਂ ਦੁਆਰਾ ਇੱਦਾਂ ਕੁਛ ਕਰਿਆ ਗਿਆ ਹੈ ਕਿ ਪਹਿਲੀ ਵਾਰ ਹੋਇਆ ਇਹ? ਪੈਟਰੋਲ ਤਾਂ ਪਹਿਲੀ ਵਾਰੀ ਪਾਇਆ ਜੀ, ਅਤੇ ਆ ਜਿਹੜੇ ਆ ਮਾੜੇ ਮੋਟੇ ਹੋਰ ਕੇਸ ਕੱਪੇ ਦੇ ਊ ਚੱਲੀ ਜਾਂਦੇ ਸੀ। ਅੱਛਾ, ਉਹੀ ਕਰਦੇ ਸੀਗੇ? ਹਾਂ ਉਹੀ ਉਹੀ। ਅਤੇ ਹੁਣ ਜਦੋਂ ਪੁਲਿਸ ਦੇ ਕੱਲ੍ਹ ਕੋਲ ਗੱਲ ਪਹੁੰਚੀ ਤਾਂ ਪੁਲਿਸ ਨੇ ਹੁਣ ਕੀ ਐਕਸ਼ਨ ਲਿਆ? ਪੁਲਿਸ ਨੇ 3 ਤਾਂ ਫੜ ਲਏ ਅਤੇ 1 ਨਹੀਂ ਆਇਆ ਜੀ ਲੋਟ ਨੇ, 1 ਹੁਣ ਤੱਕ ਨਹੀਂ ਫੜਿਆ। ਹਾਂ ਫੜਿਆ ਨਹੀਂ ਜੀ। ਅਤੇ ਪਿੰਡ ਦੀ ਪੰਚਾਇਤ ਨੇ ਇਕੱਠੀ ਹੋ ਕੇ ਉਹਨਾਂ ਦੇ ਕੋਲ ਪੁਲਿਸ ਪ੍ਰਸ਼ਾਸਨ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ? ਊਂ ਤਾਂ ਜਾਂਦੇ ਹੀ ਹੈ, ਇਹ ਤਾਂ ਜਾਂਦੇ ਦੂਜੀ ਪਾਰਟੀ, ਕਾਲੀ ਪਾਰਟੀ ਦੇ ਜਾਂਦੇ। ਦੂਜਿਆਂ ਕੋਲ ਕਰ ਲਿਆ ਸੀ, ਗਏ ਸੀਗੇ, ਮਦਦ ਨਾ ਕਰੋ, ਆਉਂਦੇ ਅਸੀਂ ਨਹੀਂ ਕਰਦੇ, ਵੀ ਇਹ ਬੰਦੇ ਦੀ ਮਦਦ ਹੋਣੀ ਨਹੀਂ ਚਾਹੀਦੀ। ਕੀ ਕਹਿੰਦੇ, ਮਦਦ ਹੋਣੀ ਨਹੀਂ ਚਾਹੀਦੀ? ਆਹੋ, ਅਸੀਂ ਕਿਹਾ ਸੀ ਨਾ ਵੀ ਇਹ ਬੰਦੇ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ, ਵੀ ਇਹਦੀ ਮਦਦ ਨਾ ਕਰੋ ਤੁਸੀਂ, ਉਹ ਆਉਂਦੇ ਨਹੀਂ ਕਰਦੇ, ਅਸੀਂ ਕਹਿੰਦੇ ਫੜਾਉਣ ਨੂੰ ਆਪ ਤਿਆਰ ਨੇ। ਬਾਪੂ, ਹੁਣ ਕੀ ਚਾਹੁੰਦੇ ਹੋ, ਕੀ ਇਨਸਾਫ ਮੰਗਦੇ ਹੋ? ਇਨਸਾਫ ਤਾਂ ਜੀ, ਉਹ ਬੰਦਾ ਗ੍ਰਿਫਤਾਰ ਹੋਊਗਾ ਤਾਂ ਫੇਰ ਹੀ ਹੈ, ਜੇ ਫੜਿਆ ਜਾਊਗਾ ਤਾਂ ਫੇਰ ਗਾਹ ਕੋਈ ਘੱਲਣਗੇ ਕਿਸੇ। ਹਾਂ, ਹੁਣ ਇਹ ਘਰ ਦੇ ਦਾਂਦੇ ਵੀ ਜਿਵੇਂ ਉਹਦੀ ਅੱਗ ਪਾਈ ਜਾਵੇ ਉਵੇਂ ਪਾਈ ਜਾਵੇ। ਬਾਪੂ ਜੀ ਸਾਡੇ ਨਾਲ ਮੌਜੂਦ ਸੀਗੇ, ਨੌਜਵਾਨ ਦਾ ਘਰ ਵੀ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ, ਮੈਂ ਬਾਈ ਨੂੰ ਕਹਾਂਗਾ ਕਿ ਮੇਰੇ ਨਾਲ ਆਉਣ। ਇਹ 2 ਕਮਰੇ ਨੇ ਉਸ ਨੌਜਵਾਨ ਦੇ, ਕੱਚੇ ਕੋਠੇ ਨੇ, ਅਤੇ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਾਲੇ ਪਏ ਹੋਏ ਨੇ ਮਕਾਨ ਦੇ ਵਿੱਚ, ਬਿਲਕੁਲ ਕੱਚਾ ਘਰ ਹੈ। ਮੀਂਹ ਕਿਣੀ ਦੇ ਵਿੱਚ ਵੀ
ਪਰੇਸ਼ਾਨੀ ਜ਼ਰੂਰ ਪਰਿਵਾਰ ਨੂੰ ਜਿਹੜੀ ਆਉਂਦੀ ਹੋਵੇਗੀ। ਇਹ ਦੂਜਾ ਕਮਰਾ ਹੈ ਜਿਹੜਾ ਉਸ ਨੌਜਵਾਨ ਦੁਆਰਾ ਬਣਾਇਆ ਗਿਆ ਹੈ, ਤਾਂ ਕਿੰਨੇ ਗਰੀਬ ਪਰਿਵਾਰ ਤੋਂ ਜਿਹੜਾ ਨੌਜਵਾਨ ਸੀਗਾ, ਜਿਸ ਦੇ ਨਾਲ ਇਹ ਘਿਣਾਉਣੀ ਹਰਕਤ ਹੀ ਕਹੂੰਗਾ ਉਹਨਾਂ ਨਸ਼ੇੜੀਆਂ ਦੁਆਰਾ ਕੀਤੀ ਗਈ ਹੈ, ਤਾਂ ਅਸੀਂ ਆਪਣੇ ਚੈਨਲ ਦੇ ਥਰੂ ਵੀ ਤੁਹਾਨੂੰ ਜ਼ਰੂਰ ਇਹ ਬੇਨਤੀ ਕਰੂੰਗੇ ਕਿ ਫਾਈਨੈਂਸ਼ਲੀ ਤੌਰ 'ਤੇ ਵੀ ਇਸ ਨੌਜਵਾਨ ਦੀ ਜਿਹੜੀ ਮਦਦ ਕੀਤੀ ਜਾਵੇ, ਕਿਉਂਕਿ ਹੁਣ ਨੌਜਵਾਨ ਦਾ ਸਰੀਰ ਕਹਿੰਦੇ ਕਾਫੀ ਜਿਹੜਾ ਉਹ ਨੁਕਸਾਨਿਆ ਗਿਆ, ਹੁਣ ਨੌਜਵਾਨ ਕਦੋਂ ਠੀਕ ਹੁੰਦਾ ਇਹ ਕੁਝ ਨਹੀਂ ਪਤਾ। ਇਲਾਜ ਤਾਂ ਹਸਪਤਾਲ ਦੇ ਵਿੱਚ ਚੱਲ ਰਿਹਾ, ਪਿੰਡ ਦੇ ਵਿੱਚੋਂ ਗ੍ਰਾਹੀ ਕਰਕੇ ਜਿਹੜਾ ਨੌਜਵਾਨ ਦਾ ਇਲਾਜ ਕਰਾਇਆ ਜਾ ਰਿਹਾ। ਇਹ ਮਿਤੀ 4 ਤਰੀਕ ਨੂੰ 4/8/24 ਦੀ ਘਟਨਾ ਹੈ, ਕਰੀਬ ਰਾਤ ਸ਼ਾਮ ਦੇ 7:30 ਵਜੇ ਦਾ ਟਾਈਮ ਸੀ। ਸੋ ਇਹ ਜਿਹੜਾ ਮੁੰਡਾ ਜੋਤੀ ਨਾਮ ਦਾ ਹੈਗਾ, 22 ਸਾਲ ਦੀ ਉਮਰ ਹੈ ਇਹਦੀ, ਇਹ ਸਮਾਧ ਭਾਈ ਜਿਹੜਾ ਹਾਥੇ 'ਤੇ ਕੋਈ ਮੀਟ ਵਗੈਰਾ ਲੈਣ ਗਿਆ ਸੀ, ਉੱਥੇ ਜਿਹੜੇ 4 ਸ਼ਖਸ ਹੋਰ, ਜਿਹੜਾ ਇੱਕ ਸੁਖਵਿੰਦਰ ਸਿੰਘ ਲਾਡੀ ਨਾਮ ਦਾ, ਇੱਕ ਕਰਮ ਸਿੰਘ ਨਾਮ ਦਾ, ਇੱਕ ਗੁਰਵਿੰਦਰ ਅਤੇ ਇੱਕ ਕੋਮਲਦੀਪ ਨਾਮ ਦਾ, ਜਿਹੜਾ 4 ਵਿਅਕਤੀ ਉੱਥੇ ਪਹਿਲਾਂ ਹੀ ਬੈਠੇ ਹੋਏ ਸੀ, ਜਿਨ੍ਹਾਂ ਦੇ ਪਾਸ ਕਿ ਲਾਡੀ ਦੇ ਕੋਲ ਜਿਹੜੀ ਪੈਟਰੋਲ ਵਾਲੀ ਬੋਤਲ ਅਤੇ ਇਹਦੇ ਕੋਲ ਕੋਮਲ ਕੋਲ ਜਿਹੜਾ ਲਾਈਟਰ ਪਹਿਲਾਂ ਹੀ ਮੌਜੂਦ ਸੀ। ਸੋ ਉੱਥੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਪਸਾਈ ਹੋਈ। ਇਹਨਾਂ ਨੇ ਪਹਿਲਾਂ ਕੋਈ ਪ੍ਰੋਗਰਾਮ ਉਲੀਕਿਆ ਸੀ, ਅਸੀਂ ਕਿਸੇ ਬੰਦੇ ਹੋਰ ਨੂੰ ਜਿਹੜਾ ਮਚਾਉਣਾ ਹੈ, ਅਤੇ ਇਸ ਬੰਦੇ ਨੇ ਉਹਦਾ ਵਿਰੋਧ ਕੀਤਾ ਕਿ ਤੁਸੀਂ ਇਹ ਕੰਮ ਨਾ ਕਰੋ, ਇਹ ਜਿਹੜੀ ਗੱਲ ਬਹੁਤ ਗਲਤ ਆ ਤੁਹਾਡੇ ਲਈ। ਸੋ ਉਹਨਾਂ ਨੇ ਉੱਧਰੇ ਪਾਸਿਓਂ ਹਟਾ ਕੇ ਉਹਨਾਂ ਨੇ ਕਿਹਾ ਕਿ ਚਲੋ ਉਹਨੂੰ ਅਸੀਂ ਬਾਅਦ ਦੇ ਵਿੱਚ ਵੇਖਾਂਗੇ, ਪਹਿਲਾਂ ਅਸੀਂ ਤੇਰੇ ਨਾਲ ਹੀ ਨਿਪਟ ਲੈਂਦੇ ਹਾਂ। ਤਾਂ ਇਹ ਜਿਹੜਾ ਲਾਡੀ ਹੈ ਨੇ ਉਹਦੇ ਉੱਪਰ ਪੈਟਰੋਲ ਪਾਤਾ, ਅਤੇ ਇਹ ਜਿਹੜਾ ਕੋਮਲ ਹੈ ਮੁੰਡਾ, ਇਹਨੇ ਉਹਨੂੰ ਲਾਈਟਰ ਦੇ ਨਾਲ ਜਿਹੜੀ ਅੱਗ ਲਾਤੀ, ਜਿਹੜਾ ਉਹਦਾ ਉੱਪਰਲਾ ਸਾਰਾ ਫੇਸ, ਉਹਦੀਆਂ ਬਾਹਾਂ ਅਤੇ ਉਹਦੇ ਲੋਅਰ ਵਗੈਰਾ ਨੂੰ ਅੱਗ ਲੱਗ ਗਈ, ਅਤੇ ਉਹ ਭੱਜਦਾ ਹੋਇਆ ਜਿਹੜਾ ਉਹਨੇ ਆਪਣੀ ਜਾਨ ਬਚਾਈ, ਇਹਨਾਂ ਨੇ ਜਿਹੜਾ ਮਾਰ ਦੇਣ ਦੀ ਨੀਤ ਨਾਲ ਉਹਨੂੰ ਜਿਹੜਾ ਤੇਲ ਵਗੈਰਾ ਪਾ ਕੇ ਸਾੜਤਾ, ਉਹਨੂੰ ਇੱਥੇ ਵਾਹ ਕੇ ਪੁਰਾਣੇ ਹੋਸਪਿਟਲ ਲਿਆਂਦਾ ਗਿਆ, ਜਿੱਥੋਂ ਡਾਕਟਰ ਸਾਹਿਬ ਨੇ ਉਹਨੂੰ ਰੈਫਰ ਕਰ ਦਿੱਤਾ ਗਿਆ। ਸੋ ਉਹ ਮੈਡੀਕਲ ਫਰੀਦਕੋਟ ਵਿਖੇ ਦਾਖਲ ਹੈਗਾ, ਉਹਦਾ ਜੇਰੇ ਇਲਾਜ ਹੈ, ਜਿਹਦਾ ਕਿ ਫੇਸ ਅਤੇ ਜਿਹੜਾ ਹੋਰ ਸਰੀਰ ਹੈ ਕਰੀਬ 55-60% ਦੇ ਨੇੜੇ ਜਿਹੜਾ ਬਰਨ ਹੋ ਚੁੱਕਿਆ। ਸੋ ਅਸੀਂ ਜਿਹੜਾ ਸਾਡੇ ਐਸ ਆਈ ਜਗਤਾਰ ਸਿੰਘ ਨੇ ਉਹਦਾ ਬਿਆਨ ਲਿਖ ਕੇ ਜਿਹੜਾ ਮੁਕੱਦਮਾ ਨੰਬਰ ਹੈਗਾ 117 ਜਿਹੜਾ ਦਰਜ ਕੀਤਾ ਗਿਆ। ਸੋ ਅੱਜ ਕੱਲ੍ਹ ਜਿਹੜੀਆਂ ਨਵੀਆਂ ਧਾਰਾਂ ਆਉਂਦੀਆਂ 109-3-5 ਅਤੇ 61-2 BNS ਦੇ ਵਿੱਚ ਜਿਹੜਾ ਮੁਕੱਦਮਾ ਅਸੀਂ ਦਰਜ ਕਰਕੇ ਬਾਘਾ ਪੁਰਾਣਾ ਥਾਣੇ ਵਿਖੇ ਜਿਹੜੀ ਦੀ ਤਫਤੀਸ਼ ਜਾਰੀ ਹੈ, ਜਿਹਦੇ ਵਿੱਚੋਂ 3 ਮੁਲਜ਼ਮ ਅਸੀਂ ਗ੍ਰਿਫਤਾਰ ਕਰ ਲਏ ਹਨ ਅਤੇ 1 ਮੁਲਜ਼ਮ ਜਿਹੜਾ ਹਜੇ ਗ੍ਰਿਫਤ ਤੋਂ ਬਾਹਰ ਹੈ, ਜਿਹਨੂੰ ਜਲਦੀ ਕੱਲ੍ਹ ਤੱਕ ਜਾਂ ਪਰਸੋਂ ਤੱਕ ਅਸੀਂ ਗ੍ਰਿਫਤਾਰ ਕਰ ਲਵਾਂਗੇ। ਸੋ ਇਹਨਾਂ ਨੂੰ ਅਸੀਂ ਬੜੇ ਵਧੀਆ ਟੈਕਨੀਕਲ ਤਰੀਕੇ ਨਾਲ ਅਤੇ ਇਨਫੋਰਮੇਸ਼ਨ ਦੇ ਆਧਾਰ 'ਤੇ ਜਿਹੜਾ ਅੱਜ ਫੁੱਲੇ ਵਾਲੇ ਅਤੇ ਬੱਸ ਸਟੈਂਡ ਕੋਲੋਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅਤੇ ਇਹ ਜਿਹੜੇ ਮੁਲਜ਼ਮ ਨੇ ਬੜੇ ਛਾਤਰ ਨੇ, ਇਹਨਾਂ ਦੇ ਖਿਲਾਫ ਪਹਿਲਾਂ ਵੀ NDPS ਦੇ ਮੁਕੱਦਮੇ ਦਰਜ ਨੇ, ਲੜਾਈ ਝਗੜਿਆਂ ਦੇ ਪਰਚੇ ਦਰਜ ਨੇ, ਅਤੇ ਜਿਹੜਾ ਲਾਡੀ ਨਾਮ ਦਾ ਵਿਅਕਤੀ ਉਹਦੇ ਖਿਲਾਫ ਜਿਹੜਾ ਪਹਿਲਾਂ ਵੀ 25-56-69 ਦਾ ਆਰਮਸ ਐਕਟ ਦਾ ਜਿਹੜਾ 36 ਨੰਬਰ ਮੁਕੱਦਮਾ 2021 ਦੇ ਵਿੱਚ ਇਸੇ ਥਾਣੇ ਦੇ ਵਿੱਚ ਦਰਜ ਹੈ। ਸੋ ਤਫਤੀਸ਼ ਜਾਰੀ ਹੈ, ਜਲਦੀ ਉਹਨੂੰ ਫੜ ਕੇ ਜਿਹੜਾ ਇਹਦਾ ਚਲਾਨ ਜਲਦੀ ਜਲਦੀ ਪੇਸ਼ ਅਦਾਲਤ ਕੀਤਾ ਜਾਵੇਗਾ। ਉਹ ਹਜੇ ਲਾਡੀ ਜਦੋਂ ਸਾਹਮਣੇ ਆਊਗਾ ਫਿਰ ਪੱਖ ਜਿਹੜਾ ਕਲੀਅਰ ਹੋ ਜਾਊਗਾ। ਸੋ ਇਹਨਾਂ ਨੂੰ ਉਹਦੇ ਬਾਰੇ ਹਜੇ ਇੰਨਾ ਨਹੀਂ ਜਾਣਕਾਰੀ ਹੈਗੀ। ਸੋ ਇਹ ਸਾਰਾ ਇਕੱਠੇ ਜਦੋਂ ਲਾਡੀ ਨੇ ਤੇਲ ਪਾਇਆ ਅਤੇ ਨਾਲ ਦੀ ਨਾਲ ਕੋਮਲ ਨੂੰ ਇਸ਼ਾਰਾ ਕੀਤਾ ਅਤੇ ਇਹਨੇ ਉਹਦਾ ਲਾਈਟਰ ਨਾਲ ਉਹਨੂੰ ਅੱਗ ਲਾ ਦਿੱਤੀ ਗਈ ਹੈ। ਸੋ ਉਹ ਜਦੋਂ ਲਾਡੀ ਫੜਿਆ ਜਾਊਗਾ ਫਿਰ ਲਾਡੀ ਸਾਰੀ ਗੱਲ ਜਿਹੜੀ ਪਿਕਚਰ ਕਲੀਅਰ ਕਰ ਦੂਗੀ। ਨਹੀਂ, ਇਹਨਾਂ ਦੇ ਨਾਲ ਕੋਈ ਪਹਿਲਾਂ ਵਾਲੀ ਰੰਜਿਸ਼ ਤਾਂ ਕੋਈ ਸਾਬਤ ਨਹੀਂ ਹੋਈ, ਸਿਰਫ ਉਸੇ ਦਿਨ ਹੀ ਉਹਨੇ ਇਹਨਾਂ ਨੂੰ ਰੋਕਿਆ ਸੀ ਇਹ ਕੰਮ ਕਰਨ ਤੋਂ, ਉਸੇ ਕਰਕੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਹਦੇ ਖਿਲਾਫ ਐਕਸ਼ਨ ਲੈ ਲਿਆ। ਨਹੀਂ, ਜਾਣ ਪਛਾਣ ਸੀਗੀ, ਇਕੱਠੇ ਹੀ ਰਹਿੰਦੇ, ਇੱਕੋ ਪਿੰਡ ਦੇ ਸੀਗੇ, ਇਕੱਠੇ ਬੈਠਦੇ ਸੀ, ਇਕੱਠੇ ਖਾਂਦੇ ਪੀਂਦੇ ਸੀ, ਉਸ ਦਿਨ ਵੀ ਹਾਥੇ 'ਚ ਬੈਠੇ ਇਕੱਠੇ ਖਾ ਪੀ ਰਹੇ ਸੀਗੇ।